ਵੜਨ ਨੂੰ ਮਰ ਜਾਂਦੇ ਇੱਥੇ ਉਹ ਘਾਹ ਲੈ ਕੱਢੀ ਜੋ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਬੈਠੇ ਘਾਹ ਗੰਡ ਫਾਰਮਰ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਮਿਹਨਤੀ ਨੌਜਵਾਨ ਦੀ ਆਪਣਾ ਮਿੱਤਰ ਆ ਬਾਈ ਕੁਲਦੀਪ ਸਿੰਘ ਪਿੰਡ ਬੋਦੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਬਾਈ ਹੋਰੀ ਕਈ ਸਾਲਾਂ ਤੋਂ ਬਾਈ ਜੀ ਪਨੀਰੀ ਦਾ ਕੰਮ ਕਰਦੇ ਆ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰਦੇ ਆ ਅੱਜ ਬਾਈ ਕੋਲੇ ਆਏ ਸੀਗੇ ਬਾਈ ਆਪਣਾ ਜਸਪਰੀ ਦਾ ਕੋਠਿਆਂ ਵਾਲਾ ਇਨੇ ਗੋਭੀ ਦੀ ਪਨੀਰੀ ਲੈਣੀ ਸੀਗੀ ਬਾਈ ਕੋਲੇ ਪਨੀਰੀ ਲੈਣ ਆਏ ਆ ਜੋ ਗੱਲਾਂបੱਤਾਂ ਕਰਦੇ ਆ। ਕੁਲਦੀਪ ਬਾਈ ਕੀ ਹਾਲ ਆ ਜੀ? ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਹਾਂ। ਵਧੀਆ ਜੀ ਤੁਸੀਂ ਸੁਣਾਓ। ਹੋਰ ਸੁਣਾਓ। ਕਿਵੇਂ ਚੱਲ ਰਿਹਾ ਕੰਮਕਾਰ? ਵਧੀਆ ਜੀ। ਤੇ ਤਿਆਰ ਆ ਫਿਰ ਪਨੀਰੀ ਬਾਈ ਹੁਣ ਗੋਭੀ ਦੀ? ਹਾਂ ਹਾਂ ਪਨੀਰੀ ਤਿਆਰ ਆ ਬਾਈ ਫੁੱਲ ਗੋਭੀ ਦੀ। ਤੇ ਕਿੰਨੀ ਤਰੀਕ ਤੋਂ ਸ਼ੁਰੂ ਕੀਤੀ ਆ ਬਈ ਐਤ ਕੀ ਆਪਾਂ? ਆਪਾਂ 9 ਤਰੀਕ ਤੋਂ ਬਈ ਪਟਾਈ ਸ਼ੁਰੂ ਕੀਤੀ ਹੈਗੀ। ਠੀਕ ਹੈ ਜੀ। ਤੇ ਹੋਰ ਕਿਹੜੀਆਂ-ਕਿਹੜੀਆਂ ਪਨੀਰੀਆਂ ਹੁਣ ਤਿਆਰ ਆ ਆਪਣੇ ਕੋਲੇ? ਹੁਣ ਆਪਣੇ ਕੋਲੇ ਫੁੱਲ ਗੋਭੀ, ਏ ਬਾਈ ਜਿਹੜੀ ਗੋਭੀ ਆਪਾਂ ਦੇਖ ਰਹੇ ਆ ਪਨੀਰੀ ਹਨਾ ਤਿਆਰ ਆ ਪੂਰੀ ਹੁਣ ਕਿਹੜੀ ਵੈਰਾਈਟੀ ਆ ਬਾਈ ਇਹ ਕਿੰਨੇ ਦਿਨਾਂ 'ਚ ਫੁੱਲ ਤਿਆਰ ਹੋ ਜਾਂਦੇ ਆ ਇਹ ਦੇਸੀ ਕਤਕੀ ਗੋਭੀ ਬਾਈ ਠੀਕ ਆ ਜੀ ਤੇ ਆਪਣੇ ਕੋਲੇ ਹਫਤੇ 'ਕ ਤੱਕ ਹਾਈਬ੍ਰਿਡ ਵੀ ਚੱਲ ਪੂਗੀ ਠੀਕ ਆ ਐਦ ਕਿ ਬਾਈ ਜਿਵੇਂ ਗਰਮੀ ਕਰਕੇ ਪਨੀਰੀ ਮਰਦੀ ਬਹੁਤ ਰਹੀ ਆ ਪਹਿਲਾਂ ਹਨਾ ਜਿਵੇਂ ਜਸਪ੍ਰੀਤ ਨੇ ਵੀ ਲਾਈ ਸੀ ਇਹਦੀ ਵੀ ਅੱਧੀ ਪਨੀਰੀ ਉੱਡ ਗਈ ਸੀ ਤੇ ਇਹਦਾ ਜਿਹੜਾ ਸਹੀ ਟਾਈਮ ਆ ਹੁਣ ਗੋਭੀ ਦਾ ਪੂਰਾ ਹੈਗਾ ਹੁਣ ਬੀਜ ਲਾਵਾਂਗੇ ਆਪਾਂ ਮੱਝਦੀ ਨਹੀਂ ਹੁਣ ਹਾਂ ਗੋਭੀ ਦਾ ਸਹੀ ਟਾਈਮ ਆ ਬਾਈ ਹੁਣ ਅੱਛਾ ਹਾਂਜੀ ਕਿੰਨਾ ਬੂਟਾ ਪੈਂਦਾ ਬਾਈ ਠੀਕ ਕੋਈ ਆਪਦੀ ਮਤਲਬ ਥੋੜਾ ਬਹੁਤਾ ਨੇੜੇ ਦੂਰ ਕਰਕੇ ਕੋਈ 1000 2000 ਬੂਟਾ ਇਧਰ ਦੂਰ ਹੋ ਸਕਦਾ ਠੀਕ ਤਕਰੀਬਨ 20 25000 ਬੂਟਾ ਕਿੱਲੇ ਚ ਲੱਗਦਾ ਤੇ ਆਪਾਂ ਬਈ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਨਰਸਰੀ ਦਾ ਆਪਾਂ ਨੂੰ 8 9 ਸਾਲ ਹੋ ਗਏ ਬਈ 8 9 ਸਾਲ ਹੋ ਗਏ ਹਾਂਜੀ ਕਿੱਥੋਂ ਸਿੱਖਿਆ ਸੀ ਆਪਾਂ ਕੰਮ ਆਪਾਂ ਵੀ ਖੇਤੀ ਵਿਗਿਆਨ ਕੇਂਦਰਾਂ ਜਾਂਦੇ ਰਹਿੰਨੇ ਆਗੇ ਅੱਗੇ ਵੀ ਆਪਾਂ ਤੁਹਾਡੀ ਉਹ ਜੀ ਦੱਸਿਆਗਾ ਖੇਤੀ ਵਿਗਿਆਨ ਕੇਂਦਰ ਮੁਕਸਰ ਤੇ ਬਠਿੰਡਾ ਸਾਰੇ ਜਾਂਦੇ ਰਹਿੰਨੇ ਆ ਉਹ ਤਾਂ ਪੀਜੂ ਵੀ ਜਾਂਦੇ ਜਾਣੇ ਆ ਲੈ ਦਿਹਾਣੀ ਠੀਕ ਹੈ ਜੀ ਜਿਹੜੀ ਹੁਣ ਪਨੀਰੀ ਤੁਸੀਂ ਦੇ ਰਹੇ ਹੋ ਬਈ ਲੋਕਲ ਦਾ ਰੁਪਿਆ ਬੂਟਾ ਹੀ ਚੱਲਦਾ ਬਾਈ ਠੀਕ ਹੈ ਕੋਈ ਜ਼ਿਆਦਾ ਲਿਆਂਦਾ ਫਿਰ ਉਹ ਸਭ ਨਾਲ ਘਟਵਾਦ ਹੋ ਜਾਂਦੇ ਰੇਟ ਬਾਈ ਉਹ ਜਿਵੇਂ ਕਿਸੇ ਨੇ ਕੋਈ ਦੋ ਕਨਾਲਾਂ ਚਾਰ ਲਾਉਣੀਆਂ ਹਾਂਜੀ ਹਾਂਜੀ ਬੂਟਾ ਕੱਲਾ ਕੱਲਾ ਪੱਟ ਕੇ ਦਿੰਨੇ ਆ ਬਾਈ ਗੁੱਛਾਂ 'ਚ ਨਹੀਂ ਦਿੰਦੇ ਜੀ ਬਸ ਪੱਟ ਕੇ ਠੀਕ ਹੈ ਬਾਈ ਕੱਲਾ ਕੱਲਾ ਬੂਟਾ ਤੰਦਰਾਸਤ ਬੂਟਾ ਦਈਦਾ ਆ ਆ ਦੇਖੋ ਬਈ ਛੋਟੀ ਪਨੀਰੀ ਉਹ ਰੋਕ ਲਈਦੀ ਹੈਗੀ ਆ ਜਿਵੇਂ ਹੁਣ ਬਾਈ ਗੁੱਟੀਆਂ ਬਣਾਈ ਜਾਂਦੇ ਆ ਕਿ ਇਹਨਾਂ ਦੀ ਇਹ ਖਾਸੀਅਤ ਆ ਗੁੱਟੀ ਪੱਟ ਕੇ ਬਾਈ ਇਹ ਗਾਰੇ ਜਣਾ ਜੜਾਂ ਲਵੇੜ ਕੇ ਦਿੰਦੇ ਆ ਇਹਦਾ ਬਈ ਕੀ ਫਾਇਦਾ ਹੁੰਦਾ ਇਹ ਚੀਜ਼ ਦਾ ਬਾਈ ਇਹ ਬਾਈ ਹੁਣ ਲੈਣ ਆਇਆ ਕਿੰਨੀ ਦ ਇਹਦੀ ਖਰਾਬ ਨਹੀਂ ਹੁੰਦੀ ਜੜ ਜੜ ਨੂੰ ਇਹਦੀ ਖਰਾਕ ਮਿਲਦੀ ਰਹਿੰਦੀ ਹੈਗੀ ਗਾਰਾ ਪਕੜ ਕਰ ਲੈਂਦੇ ਜੜਾ ਨੂੰ ਹਾਂ ਗਾਰਾ ਜੜਾ ਨੂੰ ਸੱਲ ਮਿਲਦੀ ਰਹਿੰਦੀ ਹੈ ਜੀ ਠੀਕ ਹੈ ਬਈ ਹੋਰ ਆਪਣੇ ਕੋਲੇ ਦਿਖਾਵਾਂਗੇ ਕਿਹੜੀਆਂ ਕਿਹੜੀਆਂ ਪਨੀਰੀਆਂ ਜੋਗੀਆਂ ਦਿਖਾ ਦਈਏ ਆਪਾਂ ਹੁਣ ਆਪਣੇ ਕੋਲੇ ਕਿੰਨੀ ਜਗ੍ਹਾ ਬਈ ਇਹ ਪਨੀਰੀਆਂ ਵਾਲੀ ਇਹ ਆਪਣੇ ਕੋਲੇ ਬਈ ਕਨਾਲ ਖਾਂਗਾ ਇਹ ਗ੍ਰੀਨ ਸ਼ੈੱਡ ਬਣਿਆ ਵਾ ਆਪਣੇ ਕੋਲੇ ਸਾਰਾ ਇਹ ਪੱਕਾ ਜ਼ਿਗਾਰਡ ਬਣਿਆ ਹੋਇਆ ਹਨਾ ਤੇ ਤੁਸੀਂ ਪਿਆਜ਼ ਦੀ ਪਨੀਰੀ ਵੀ ਕਾਫੀ ਵੇਚਦੇ ਹੁੰਨੇ ਹੋ ਹਨਾ ਕਿੰਨੀ ਜਗ੍ਹਾ ਚ ਲਾਉਣੇ ਹੋ ਬਈ ਪਿਆਜ਼ ਪਿਆਜ਼ ਦੀ ਵੇ ਬੱਗੇ ਕਿੱਲਾ ਹੁੰਦੀ ਪਨੀਰੀ ਆਦੀ ਕਿ ਡੇਢ ਕਿੱਲਾ ਵੇਚਾਂਗੇ ਬਈ ਆ ਵੇਖੋ ਝੋਨਾ ਆਪਣੇ ਵੱਡਣਾ ਲੱਗਾ ਬਸ ਮਤੀ ਇਹ ਕਿਹੜੀ ਵੈਰੈਟੀ ਹੈ ਜੀ ਇਹ 1692 ਆ ਆ ਦੇਖੋ ਦੋਸਤੋ ਇੱਥੇ ਬਈ ਪਨੀਰੀ ਵੀ ਬੀਜਦਾ ਹੁੰਦਾ ਗੰਡਿਆਂ ਦੀ ਪਹਿਲਾਂ ਵੀ ਆਪਣੇ ਚੈਨਲ ਦੇ ਵੀਡੀਓ ਆਈਆਂ ਤੇ ਇਹ 1692 ਬਾਸਮਤੀ ਆ ਹਫ਼ਤੇ 10 ਦਿਨਾਂ ਤੱਕ ਵੱਡਿਆ ਜਾਣਾ ਇਥੇ ਫਿਰ ਸਾਰੀ ਬਈ ਪਿਆਜ਼ ਦੀ ਪਨੀਰੀ ਹੋਊਗੀ। ਹਾਂਜੀ ਹਾਂਜੀ ਭਾਈ ਜੀ ਆਪਾਂ ਪਨੀਰੀ ਬੀਜਾਂ ਕੋ 25 ਅਕਤੂਬਰ ਤੋਂ ਸ਼ੁਰੂ ਕਰਾਂਗੇ। ਕਿਹੜੀ ਵੈਰਾਈਟੀ ਲਾਉਣੇ ਹੁੰਦੇ ਪਿਆਜ਼ ਦੀ? ਪਿਆਜ਼ ਦੀ ਯਾਰਾ ਤਾਂ ਅਲ 28 ਹੀ ਚੱਲਦੀ ਹੈ ਜੀ। ਅਲ 28 ਜੀ। ਹਾਂਜੀ। ਭਾਈ ਜਿਵੇਂ ਹੁਣ ਰੇਟ ਐ ਤਾਂ ਕਿ ਪਿਆਜ਼ ਦਾ ਬਹੁਤ ਜ਼ਿਆਦਾ ਹੈ ਹਨਾ। ਗੰਢੀ ਵੀ ਬੜੀ ਲੋਕ ਲਾਈ ਜਾਂਦੇ ਆ ਐਦਕੀ ਪਨੀਰੀ ਦੀ ਕਿਵੇਂ ਖਿੱਚ ਜ਼ਿਆਦਾ ਰਹੂਗੀ ਤੁਹਾਡੇ ਹਿਸਾਬ ਨਾਲ? ਹਾਂ ਚਾਂਸ ਤਾਂ ਲੱਗਦੇ ਜ਼ਿਆਦਾ ਵੀ ਗੂਗਾ। ਰੇਟ ਰੂਟ ਵੀ ਜ਼ਿਆਦਾ ਹੈ ਗੰਡਿਆਂ ਦੇ ਅੱਜ। ਗੰਢ ਦੇ ਰੇਟ ਹਾਂਜੀ 50-60 ਰੁਪਏ ਉਹਨੂੰ। ਠੀਕ ਹੈ ਭਾਈ। ਲਸਣ ਵੀ ਤੇਜ਼ ਹੀ ਐਸ ਵਾਰੀ ਹੂੰ ਉਹ ਵੀ ਤਿੰਨ ਚਾਰ ਸੌ ਕਿਲੋ ਹੀ ਲਸਣ ਵੀ ਬੜੀ ਤੇਜ਼ ਆ ਹਨਾ ਹਾਂਜੀ ਹਾਂਜੀ ਬਈ ਤੁਸੀਂ ਨੌਜਵਾਨ ਹੋ ਹਨਾ ਛੋਟੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਆਪਣੇ ਦਰਸ਼ਕਾਂ ਨੂੰ ਦੱਸਿਓ ਵੀ ਜਦੋਂ ਪਹਿਲੀ ਵਾਰੀ ਸੋਚਿਆ ਸੀਗਾ ਵੀ ਆਪਾਂ ਪਨੀਰੀਆਂ ਦਾ ਕੰਮ ਸ਼ੁਰੂ ਕਰਨਾ ਉਦੋਂ ਕਿੱਥੋਂ ਦੇਖ ਕੇ ਮਨ ਚ ਆਇਆ ਸੀਗਾ ਤੇ ਕਿੰਨੀ ਥਾਂ ਤੋਂ ਸ਼ੁਰੂ ਕੀਤਾ ਸੀ ਆਪਾਂ ਬਈ ਇੱਥੇ ਰਾਣੀ ਵਾਲੇ ਸਾਡੇ ਪਿੰਡ ਸਬਜ਼ੀ ਲੱਗਦੀ ਹੁੰਦੀ ਸੀ ਨਾਲ ਉਹ ਸ਼ਿਮਲਾ ਮਿਰਚ ਲਾਉਂਦੇ ਸੀ 2013 ਚ ਉਹਨਾਂ ਤੋਂ ਲੈ ਕੇ ਪਨੀਰੀ ਥੋੜੀ ਲਾਈ ਸੀ ਪਰ ਮਰਲਾ ਪਨੀਰੀ ਵੀਜੀ ਵਧਾਉਂਦੇ ਵਧਾਉਂਦੇ ਹੁਣ ਆਪਾਂ ਤਕਰੀਬਨ ਆਈ ਸੀ ਵੀ ਐਸ ਵਾਰੀ ਪੌਣੇ 2 ਕਿੱਲਿਆਂ ਦੇ ਪਹੁੰਚਾਂਗੇ ਪੌਣੇ 2 ਕਿੱਲਿਆਂ ਹੌਲੀ ਹੌਲੀ ਵਧੀ ਜਾਂਦਾ ਹਨਾ ਹਾਂਜੀ ਵਧੀ ਜਾਂਦਾ ਤੇ ਜਿਹੜਾ ਤੁਹਾਡਾ ਆ ਪਨੀਰੀਆਂ ਵਾਲਾ ਦੂਜਾ ਝੋਨੇ ਵਾਲਾ ਵੀ ਕੰਮ ਹੈਗਾ ਉਹ ਕਿੰਨੇ ਜਗ੍ਹਾ ਚ ਲਾਉਣੇ ਨੂੰ ਬਾਸ ਉਹ ਵੀ ਇਸ ਵਾਰੀ 2.5 ਕਿੱਲੇ ਸਾਡੇ ਕੋਲ ਪਨੀਰੀ ਸੀ ਬਾਸ ਮਰੀ ਦੀ ਸਾਰੀ ਪੂਰੀ ਨਹੀਂ ਆਈ ਹਨਾ ਬਾਈ ਐਡਵਾਂਸ ਹੀ ਬੋਕ ਹੋ ਜਾਂਦੀ ਸੀ ਅੱਛਾ ਜੀ ਤੇ ਬਾਈ ਹੁਣ ਜਿਹੜਾ ਇਹ ਕੰਮ ਕਰਦੇ ਹੋ ਲੋਕਾਂ ਨੂੰ ਪਨੀਰੀਆਂ ਦਿੰਨੇ ਹੋ ਹਨਾ ਅਗੇ ਰਿਜ਼ਲਟ ਕਿਵੇਂ ਦੇ ਆਉਂਦੇ ਦੱਸਦੇ ਲੋਕ ਇੱਥੇ ਆ ਕੇ ਵੀ ਗੰਡਾ ਬਈ ਤਿਆਰ ਹੋਇਆ ਹਾ ਰਿਜ਼ਲਟ ਬਈ ਵਧੀਆ ਤਾਂ ਹੀ ਵਧੀਆ ਦਾ ਕੰਮ ਜੀ ਕਾ ਕੋ ਜਿਹੜਾ ਜੁੜਿਆ ਟੁੱਟਿਆ ਨਹੀਂ ਗਾ ਠੀਕ ਆ ਹਾਂਜੀ ਆਪਣੇ ਪਹਿਲਾਂ ਲੋਕ ਬਹੁਤ ਘੱਟ ਲਾਉਂਦੇ ਸੀ ਬਈ ਪਿਆਜ਼ ਹਨਾ ਹੁਣ ਲਾਉਣ ਲੱਗੇ ਤੁਹਾਡੇ ਤੋਂ ਲਿਆਂਦੇ ਆ ਪਨੀਰੀਆਂ ਜਿਵੇਂ ਕਿਸੇ ਨੇ 2 ਮਰਲੇ ਪਿਆਜ਼ ਲਾਉਣਾ ਘਰ ਰਸਤੇ ਬਾਧੂ ਰਹਿੰਦਾ ਕਿੰਨੀ ਪਨੀਰੀ ਪੈ ਜਾਂਦੀ ਹੈ 2 ਮਰਲੇ 'ਚ ਦੋ ਮਾਰ ਲਿਆ ਜੀ ਤਕਰੀਬਨ 300 ਦੀ ਪਨੀਰੀ ਪਊਗੀ ਇਸ ਵਾਰੀ ਰੇਟ ਵਧ ਗਿਆ ਜੀ ਪਨੀਰੀ ਦੇ 20 ਦੇ ਰੇਟ ਹੀ ਵਧ ਗਿਆ ਇਸ ਵਾਰੀ 20 ਦਾ ਹੀ ਵਧ ਗਿਆ ਕੀ ਦਾ ਕੀ 1000 ਰੁਪਏ ਕਿਲੋ ਦਾ ਰੇਟ ਵਧ ਗਿਆ ਜੀ ਅੱਛਾ ਹਾਂ ਜੀ 1 ਕਿਲੋ ਜਾਲ 40 ਕਿਲੋ ਵੀ ਪਾਵਾਂ ਕਿੱਲੇ 40 ਕਿਲੋ ਪੈ ਜਾਂਦਾ ਹੂੰ 40000 ਦਾ 20 ਦਾ ਰੇਟ ਵਧ ਗਿਆ ਇਸ ਵਾਰੀ ਕਿੱਲੇ ਦਾ ਠੀਕ ਹੈ ਐਦਾਂ ਕੀ ਫਿਰ ਪਨੀਰੀਆਂ ਦੇ ਰੇਟ ਵੀ ਵਧਣਗੇ ਹਾਂ ਵਧਣਗੇ ਜੀ ਥੋੜਾ ਬਹੁਤ ਵਧਣਗੇ ਜੀ ਪਿਆਜ਼ ਦੇ ਵਧਣਗੇ ਜੀ ਥੋੜੇ ਬਹੁਤੇ ਵਧਣਗੇ ਠੀਕ ਹੈ ਬਈ ਤੇ ਇਧਰ ਹੁਣ ਬਈ ਹੋਰ ਕੀ ਕੀ ਬੀਜ ਹੈਗਾ ਦਿਖਾਵਾਂਗੇ ਆ ਜਿਹੜੀ ਵੱਡੀ ਪਨੀਰੀ ਆ ਆਪਣੀ ਦੇਸੀ ਗੋभी ਦੀ ਆ ਅੱਗੇ ਜਾਲੀ ਥੱਲੇ ਆ ਇਹ ਹਾਈਬ੍ਰਿਡ ਆ ਇਹ 10 12 ਦਿਨਾਂ ਤੱਕ ਇਹ ਵੀ ਪਟਾਈ ਵਾਲੀ ਹੋ ਜਾਊਗੀ ਹਾਈਬ੍ਰਿਡ ਫਿਰ ਕਿਹੜੀ ਵੈਰੈਟੀ ਹੋਊਗੀ ତ્યાર ਆਪਣੇ ਕੋਲੇ ਇਹ ਬਾਈ ਜੀ ਜੋਤੀ ਵੀ ਹੋਊਗੀ ਹਾਂਜੀ ਤੇ ਐਸ ਡਬਲਯੂ 65 ਜਿਆਦਾ ਬੀਜ ਦਿਆਂ ਸੀ ਸ਼੍ਰੀ ਰਾਮ ਦੀ ਬਾਇਓ ਸੀਡ ਦੀ ਬਾਇਓ ਸੀਡ ਸ਼੍ਰੀ ਰਾਮ ਦੀ ਐਸ ਡਬਲਯੂ 65 4 ਸਾਲ ਹੋ ਗਏ ਬਾਈ ਬਹੁਤ ਵਧੀਆ ਰਿਜ਼ਲਟ ਮਿਲਦਾ ਜਿਹੜਾ ਉਹ ਤੁਸੀਂ ਦਿਖਾਇਆ ਸੀ ਉਹ ਵੱਡੇ ਵੱਡੇ ਫੁੱਲ ਹਨਾ 4 ਕਿਲੋ ਤੱਕ ਫੁੱਲ ਲੈ ਜਾਂਦੀ ਬਈ ਇਹ ਅੱਛਾ ਬਈ ਹਾਂਜੀ ਇਹ ਬਾਕੀ ਮਿਰਚ ਟਮਾਟਰ ਬੈਂਗਣ ਬੈਂਗਣੀ ਬੰਦ ਗੋभी ਸਾਰਾ ਆਪਣੇ ਕੋਲੇ ਤਿਆਰ ਆ ਸਾਰਾ ਤਿਆਰ ਆ ਬਾਈ ਹੁਣ ਆਪਣੀ ਐਡਰੈਸ ਬਾਈ ਦੱਸੋ ਨਰਸਰੀ ਕਿੱਥੇ ਹੈਗੀ ਤੇ ਨੰਬਰ ਵੀ ਦੱਸ ਦਿਓ ਇਹ ਬਾਈ ਜੀ ਬਰਾਡ ਨਰਸਰੀ ਪਿੰਡ ਬੋਦੀwala ਖੜਕ ਸਿੰਘ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇੜੇ ਮਲੋਟ ਇੱਕ ਬਾਈ ਆਪਾਂ ਦੇਖਦੇ ਆਂ ਵੀ ਸਬਜ਼ੀਆਂ ਦੇ ਰੇਟ ਹੁਣ ਪੂਰੇ ਹਨਾ ਸਾਰੀਆਂ ਸਬਜ਼ੀਆਂ ਦੇ ਫੁੱਲ ਰੇਟ ਆ ਆਪਣੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਏਰੀਆ ਇੱਥੇ ਸਬਜ਼ੀ ਬਹੁਤ ਘੱਟ ਲੱਗਦੀ ਆ ਹਨਾ ਤੁਸੀਂ ਪਹਿਲਾਂ ਵੀ ਸ਼ਿਮਲਾ ਮਿਰਚ ਲਾਉਂਦੇ ਰਹੇ ਹੋ ਕੀ ਕਹਿਣਾ ਚਾਹੋਗੇ ਕਿਸਾਨ ਭਰਾਵਾਂ ਨੂੰ ਵੀ ਸਬਜ਼ੀ ਜੇ ਲਈ ਹੋਵੇ ਤਾਂ ਕਿੰਨੇ ਕੁ ਜਿਹੜੇ ਪੈਸੇ ਦੇ ਜਾਂਦੀ ਸਬਜ਼ੀ ਸਬਜ਼ੀ ਵਧੀਆ ਬਾਈ ਹੂੰ ਮਿਹਨਤ ਨਾਲ ਕੰਮ ਹੈ ਹੁਣ ਵੇਖੋ ਸ਼ਾਮੇ ਖੜੇ ਤਾਂ ਵੀ ਮੁੜਕਾ ਆ ਜਾਂਦਾਗਾ ਅੱਛਾ ਤੇ ਬਈ ਜਿਹੜਾ ਬੰਦਾ ਮਿਹਨਤ ਕਰ ਸਕਦਾ ਸਬਜ਼ੀ ਕਦੇ ਕਾਟਾ ਨਹੀਂ ਪਉਂਦੀ ਕਾਟਾ ਨਹੀਂ ਪਉਂਦਾ ਹੈਨਾ ਹਾਂਜੀ ਇਧਰੋਂ ਫਿਰ ਬਈ ਵਧੀਆ ਕਮਾਈ ਹੋ ਜਾਂਦੀ ਹੈ ਦੂਜੀਆਂ ਫਸਲਾਂ ਨਾਲ ਵਧੀਆ ਬਈ ਵਧੀਆ 12 ਘੰਟੇ ਦੀ ਮਿਹਨਤ ਪੂਰੀ ਹੈ 12 ਘੰਟੇ ਪੂਰਾ ਪੂਰਾ ਪੂਰੀ ਡਿਊਟੀ ਹੈ 12 ਘੰਟਿਆਂ ਦੀ ਅੱਛਾ ਹਾਂਜੀ ਸਾਰਾ ਦਿਨ ਰਹਿਣਾ ਪੈਂਦਾ ਵੀ ਕਿ ਦੁਬਾਰੇ 2 ਘੰਟੇ ਰੈਸਟ ਕਰ ਲਈਏ ਨਹੀਂ ਤਾਂ ਬਈ ਨਰਸਿੰਗ ਵਾਲੇ ਜਦੋਂ 4-5 ਸਾਲ ਹੋ ਜਾਂਦੇ ਬਾਅਦ ਬੰਦਿਆਂ ਦੇ ਛੱਡ ਦਿੰਦੇ ਆ ਕੰਮ ਆਪ ਤਾਂ ਬੈਠਣ ਲੱਗ ਜਾਂਦੇ ਤੁਸੀਂ ਨਾਲ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਬਾਈ ਕਿਸੇ ਨੂੰ ਵੀ ਪਨੀਰੀ ਚਾਹੀਦੀ ਹੋਵੇ ਗੋਭੀ ਦੀ ਹਨਾ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਨੰਬਰ ਇਹਨਾਂ ਦਾ ਸਕਰੀਨ ਤੇ ਵੀ ਚੱਲ ਰਿਹਾ ਤੇ ਆਪਣੇ ਜਿਹੜੇ ਅਗਾਹ ਬਦੂ ਕਿਸਾਨ ਬਾਈ ਜਸਪ੍ਰੀਤ ਜੀ ਆਏ ਆ ਨਾਲ ਇਹਨਾਂ ਨਾਲ ਵੀ ਕਰਦਿਆਂ ਗੱਲਬਾਤ ਹਾਂਜੀ ਬਾਈ ਕਿਵੇਂ ਲੱਗਿਆ ਜੀ ਨਰਸਰੀ ਤੇ ਆ ਕੇ ਨਰਸਰੀ ਤੇ ਆ ਕੇ ਬਹੁਤ ਵਧੀਆ ਲੱਗਿਆ ਬਾਈ ਜੀ ਸਾਨੂੰ ਪਨੀਰੀ ਕਿਵੇਂ ਲੱਗੀ ਬਾਈ ਦੀ ਪਨੀਰੀ ਬਹੁਤ ਵਧੀਆ ਬਾਈ ਤੇ ਬਾਈ ਕਿੰਨਾ ਬੂਟਾ ਲੈ ਕੇ ਜਾ ਰਹੇ ਹੋ ਅੱਜ ਇਥੋਂ ਅੱਜ ਆਪਾਂ ਇੱਥੋਂ ਭਾਈ ਜੀ 5600 ਬੂਟਾ ਆਪਾਂ ਲੈ ਕੇ ਜਾ ਰਹੇ ਹਾਂ 6000 6000 ਬੂਟਾ ਹਾਂ ਠੀਕ ਹੈ ਭਾਈ ਜਿਹੜੀ ਪਹਿਲਾਂ ਭਾਈ ਲਾਈ ਸੀ ਪਨੀਰੀ ਉਹਦੇ ਬਾਰੇ ਦੱਸਿਓ ਵੀ ਕੀ ਕਾਰਨ ਰਿਹਾ ਉਹਦੇ ਬੂਟੇ ਮਰ ਗਏ ਜਿਹੜੇ ਉਹਦੇ 'ਚ ਕਾਰਨ ਮੈਨੇ ਇਹ ਰਿਹਾ ਜਿਵੇਂ ਕਹਿ ਦਈਏ ਆਪਾਂ ਵੀ ਉਹਨਾਂ ਨੈਟ ਥੱਲੇ ਸੀ ਪਨੀਰੀ ਜਾਦੇ ਹੂੰ ਗਰਮੀ ਸੀ ਕਿ ਜਿਆਦੇ ਜਿਆਦਾ ਗਾੜਾ ਨੈਟ ਲੱਗਾ ਹੋਇਆ ਸੀ ਉਹਨਾਂ ਦਾ ਪਨੀਰੀਆਂ ਵਾਲੇ ਦੀ ਮਜਬੂਰੀ ਲਾ ਲਓ ਜਾਂ ਕੋਈ ਵੀ ਚੀਜ਼ ਲਾ ਲਓ ਉਹ ਗ੍ਰੋਥ ਜਿਆਦਾ ਕਰਦੀ ਆ ਨੱਟ ਥੱਲੇ ਪੜੀ ਇੱਕ ਗਰਮੀ ਉਦੋਂ ਬਾਅਦ ਬਹੁਤ ਪੈ ਗਈ ਉਹਦੋਂ ਬਹੁਤ ਪੈ ਗਈ ਗਰਮੀ ਤੇ ਜਦੋਂ ਅਸੀਂ ਉਹ ਲਾਈ ਲੈ ਕੇ ਪਨੀਰੀ ਹੂੰ ਤਾਂ ਉਹਦੇ ਚੋਂ ਅੱਧੀ ਪਨੀਰੀ ਖਤਮ ਹੋ ਗਈ ਉਹ ਗਰਮੀ ਦਾ ਵੀ ਆਪਾਂ ਕਹਿ ਸਕਦੇ ਆਂ ਤੇ ਜਿੱਦੋਂ ਡਾਇਰੈਕਟ ਧੁੱਪ ਚਾਈ ਉਹ ਨੱਟ ਤੋਂ ਤੇ ਉਹ ਦਾ ਉਹਦਾ ਵੀ ਥੋੜਾ ਜਿਹਾ ਅਸਰ ਜ਼ਿਆਦਾ ਰਿਹਾ ਠੀਕ ਹੈ ਇਹ ਹੁਣ ਫਿਰ ਵਿੱਚ ਹੀ ਲਾਉਣੀ ਉਹ ਗੋਭੀ ਹਾਂ ਉਸ ਗੋਭੀ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਜਟੂ ਪਾਸੇ ਟਾਂਕੇ ਲਾਉਣੇ ਆ ਉਹਦੇ ਚਾ ਠੀਕ ਨਾਗੇ ਭਰਨੀ ਆ ਨਾਗੇ ਭਰਨੀ ਠੀਕ ਹੈ ਬਈ ਧੰਨਵਾਦ ਦੋਸਤੋ ਜਿਨ੍ਹਾਂ ਨੂੰ ਵੀ ਪਨੀਰੀਆਂ ਬਈ ਚਾਹੀਦੀਆਂ ਬਾਈ ਨਾਲ ਕਰ ਲੋ ਸੰਪਰਕ ਜਦੀਪ ਨਾਲ ਤੇ ਬੋਦੀ ਵਾਲਾ ਪਿੰਡ ਆ ਦੇਖੋ ਹਨਾ ਇੱਥੇ ਜਿਹੜੇ ਭਰਾ ਆਉਂਦੇ ਆ ਪਨੀਰੀਆਂ ਲੈਣ ਤੇ ਵਧੀਆ ਬਾਈ ਹੋਰੀ ਆਉਂ ਭਾਗਤ ਕਰਦੇ ਆ ਸਾਰੇ ਤਰ੍ਹਾਂ ਦੀਆਂ ਪਨੀਰੀਆਂ ਹੁੰਦੀਆਂ ਬਾਈ ਸਰਦੀਆਂ ਵਾਲੀਆਂ ਵੀ ਹੁਣ ਵੀ ਗੋਭੀ ਤਿਆਰ ਆ ਜਿਹੜੇ ਕਿਸੇ ਭਰਾ ਨੂੰ ਚਾਹੀਦੀ ਪਨੀਰੀ ਸੰਪਰਕ ਕਰ ਲਿਓ